ਵਧੀਆ ਮੂਵੀ ਆ ਪਰਿਵਾਰ ਦੇ ਦੇਖਣੇ ਵਾਲੀ ਔਰ ਇਹਨੇ ਇਸ ਜ਼ਮਾਨੇ ਦੀਆਂ ਬੁਰਾਈਆਂ ਨੇ ਉਹਨੂੰ ਸਾਹਮਣੇ ਲਿਆਂਦਾ ਔਰ ਸਾਈਆਂ ਨੂੰ ਸਾਹਮਣੇ ਦਿਖਾਇਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਦੇ ਜਿੰਨੇ ਵੀ ਨਿਵਾਸੀ ਨੇ ਸਾਰੇ ਮੂਵੀ ਨੂੰ ਦੇਖਣ ਔਰ ਮਾਨ ਦਾ ਪੂਰਾ ਸਾਥ ਦੇਣ ਪੰਜਾਬੀ ਕਿਸਾਨੀ ਦੇ ਹਾਲਾਤਾਂ ਨੂੰ ਬਿਆਨ ਕਰਦੀ ਕੋਈ ਵੀ ਇਹੋ ਜਿਹੀ ਫਿਲਮ ਨਹੀਂ ਪਹਿਲਾਂ ਬਣੀ ਬਹੁਤ ਵਧੀਆ ਮੂਵੀ ਔਸਮ ਆ ਹੈ ਨਾ ਇਹਦੇ ਵਿੱਚ ਬਹੁਤ ਜਾਣੀ ਕਿ ਜਿੱਦਾਂ ਇੰਨੇ ਟੋਪਿਕ ਦੇ ਵਿੱਚ ਸੀਗੇ ਉਹਦੇ ਸਰਕਾਰ ਦੇ ਉੱਤੇ ਜਾਂ ਜਿਹੜੇ ਗਰੀਬ ਲੋਕ ਸੀ ਖੁਦਕੁਸ਼ੀਆਂ ਕਰ ਰਹੇ ਸਾਰਾ ਕੁਛ ਇਨਵੋਲਵ ਕੀਤਾ ਗਿਆ ਇੱਕ ਹੋਰ ਬਹੁਤ ਵੱਡੀ ਗੱਲ ਜੇ ਨੋਟਸ ਕੀਤਾ ਹੋ ਕਹਿੰਦੇ ਉਹਦੇ ਵਿੱਚ ਰਣਜੀਤ ਸਿੰਘ ਕੁੱਕੀ ਜਿਹੜੇ ਆਪਣੇ ਹੈ ਨਾ ਖੜਕੂਵਾਦ ਵੇਲੇ ਸੰਘਰਸ਼ ਦੇ ਵਿੱਚ ਉਹਨਾਂ ਨੇ 20 ਸਾਲ ਜੇਲ੍ਹ 'ਚ ਰਹੇ ਉਹਨਾਂ ਨੂੰ ਮੂਵੀ ਦੇ ਵਿੱਚ ਦਿਖਾਇਆ ਗਿਆ ਆ 10 ਸਾਲ ਉਹ ਬੰਦੇ ਨੇ ਸੂਰਜ ਨਹੀਂ ਦੇਖਿਆ ਸੀਗਾ ਉਹ ਬੰਦੇ ਨੂੰ ਬੱਬੂ ਮਾਨ ਲੈ ਕੇ ਆਇਆ ਉਹਨੇ ਇੱਕ ਵਾਰੀ ਆਪਣੇ ਰੇਡੀਓ 'ਤੇ ਆਇਆ ਸੀਗਾ ਉਦੋਂ ਵੀ ਉਹਨੇ ਬੱਬੂ ਮਾਨ ਦਾ ਨਾਮ ਲਿਆ ਕਹਿੰਦਾ ਮੈਨੂੰ ਜੇਲ੍ਹ ਦੇ ਵਿੱਚ ਜਦੋਂ ਮੈਨੂੰ ਮਿਲਣ ਆਇਆ ਹੋਰ ਕੋਈ ਕਹਿੰਦਾ ਕੋਈ ਸਿੰਗਰ ਕੋਈ ਕਲਾਕਾਰ ਕੋਈ ਲੀਡਰ ਕੋਈ ਨਹੀਂ ਮਿਲ ਕੇ ਗਿਆ ਉਹ ਬੰਦੇ ਨੇ ਆਪਣੀ ਕੌਮ ਦੇ ਲਈ 20 ਸਾਲ 2 ਦਹਾਕੇ ਜੇਲ੍ਹ 'ਚ ਕੱਢੇ ਅਤੇ ਬੱਬੂ ਮਾਨ ਨੂੰ ਮੂਵੀ 'ਚ ਦਿਖਾਇਆ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ।